हसीन सना खान जनाब मोहतरम अलहाज मोहम्मद इरफान हैदरी साहिब आप तशरीफ लाए, आपको भी मैं खुश आमदीद कहता हूँ। सत बिस्मिल्लाह, जी आया मरहबा, नारे तकबीर बुलंद आवाज रखो, नारे तकबीर, नारे दी सालत, नारे दी सालत, उच्ची आवाज रखो, नारे दी सालत, नारे हैदरी, नारे हैदरी, नारे हैदरी, नारे हैदरी, उच्ची आवाज ना दो ना थनु बुलंद करके को नारे हैदरी, कुल्ले ईमान हक नारे हैदरी, हैदरी, नारे हैदरी, नारे हैदरी, दो ना थनु बुलंद करके मालिक बोला जरा अली के नाम याद चुके आज चोलियां पार के जाए कोई याद तले ना ले, दो ना थनु चुके नारे हैदरी, हर बुलंद आवाज ना नारे हैदरी, नारे हैदरी, एक दा वजूद नहीं पंजा दा वजूद है, एक दा वजूद नहीं पंजा दा वजूद है, जुमला दिल भी असर करे जुबान नु खोल के दिल नाल बोल के सुभान अल्लाह कहना है, मेंबर वाले दोस्त अरफान हैदरी साहब, एक दा वजूद नहीं पंजा दा वजूद है, जुमला सुनना है पहले जुमला सुनो, एक दा वजूद नहीं पंजा दा वजूद है, एक नू सजदा ते पंजा दे दरूद है, सजदा एक नू सजदा ते पंजा दे दरूद है, क्योंकि रिजक देते हैं माल देते हैं, रिजक देते हैं माल देते हैं, हसरत के दिल निकाल देते हैं, रिजक देते हैं माल देते हैं, हसरत के दिल निकाल देते हैं, मैं भला किसी से क्यों मांगू, मुझको तो सैयदा जहरा के लाल देते, किसी से क्यों मांगू, किबला अरफान हैदरी साहब और शाह साहब जितने भी सदात तशरीफ फरमा है आपकी तवज्जो चाहते हुए कि मां नेक हो बेटा नेक होता है, किबला शाहजी मां नमाजी हो बेटा पापा फरीद होता है, मां नमाजी हो बेटा पापा फरीद होता है, मां ने कभी नमाज कसा ना पड़ी हो तो बेटा दाता अली हजवेरी होता है, बेटा बेटा दाता अली हजवेरी होता है, माँ 18 पारों की हाफिजा हो, माँ 18 पारों की हाफिजा हो, बेटे को छोड़ने के लिए कारी की कारी के पास जाए, कारी कहे बेटा पढ़ो बिस्मिल्ला, जो 18 पारे सुनाए उसे सुल्ताने बाहू कहते हैं, उसे सुल्ताने बाहू कहते हैं। और किबला हैदरी साहब वो मां जिसने कभी किसी गैर महरम को ना देखा हो, वो माँ जिसने कभी, अब हाथ बुलंद होने चाहिए, कोई हाथ नीचे ना रहे, पहले जुमला सुन, पहले जुमला सुन, वो माँ जिसने कभी किसी गैर महरम को ना देखा हो उस बेटे को गौसे आजम कहते हैं,
ਹੈਦਰੀ ਸਾਹਿਬ ਕਹਿ ਰਹੇ ਨੇ ਖੁਦਾ ਦੀ ਕਸਮ ਹੱਕ ਬਾਤ ਹੈ ਜੋ ਇੱਕ ਨਿਗਾਹ ਸੇ ਇੱਕ ਕੋ ਨਹੀਂ ਹਜ਼ਾਰ ਕੋ ਨਹੀਂ 10,000 ਕੋ ਨਹੀਂ 50,000 ਕੋ ਨਹੀਂ ਲੱਖ ਕੋ ਨਹੀਂ 10,00,000 ਕੋ ਨਹੀਂ ਜੋ ਇੱਕ ਨਿਗਾਹ ਸੇ 90,00,000 ਕੋ ਕਲਮਾ ਪੜ੍ਹਾਏ ਉਸੇ ਖਾਜਾ ਗਰੀਬ ਨਵਾ ਜੁਮਲਾ ਸੁਣ ਕਿਬਲਾ ਹੈਦਰੀ ਸਾਹਿਬ ਜਿਸਕੇ ਲਈ ਯੇ ਮੈਨੇ ਜੁਮਲਾ ਪੜ੍ਹਨਾ ਹੈ ਮੇਰਾ ਚਿਹਰਾ ਆਪਕੀ ਤਰਫ ਹੋਗਾ ਆਪਕਾ ਚਿਹਰਾ ਇਨਕੀ ਤਰਫ ਹੋਗਾ ਇਨਕੇ ਹੱਥ ਵੀ ਦੇਖਣੇ ਹੈ ਇਨਕੀ ਆਵਾਜ਼ ਵੀ ਸੁਣਨੀ ਹੈ ਜਿਤਨੇ ਵੀ ਸਾਦਾਤ ਤਸ਼ਰੀਫ ਫਰਮਾ ਹੈ ਮੇਰਾ ਜੁਮਲੇ ਸੁਣਨੇ ਕੇ ਬਾਅਦ ਮੁਝੇ ਦੁਆ ਦੇਣੀ ਹੈ ਪਹਿਲੇ ਸੁਣੀਏਗਾ ਮਾਂ ਨੇਕ ਹੋ ਬੇਟਾ ਨੇਕ ਹੋਤਾ ਹੈ ਮਾਂ ਬਹਾਦਰ ਹੋ ਬੇਟਾ ਬਹਾਦਰ ਹੋਤਾ ਹੈ ਮਾਂ ਨਦਰ ਹੋ ਬੇਟਾ ਨਦਰ ਹੋਤਾ ਹੈ ਮਾਂ ਸ਼ੇਰ ਹੋ ਬੇਟਾ ਸ਼ੇਰ ਹੋਤਾ ਹੈ ਮਾਂ ਸੈਯਦਾ ਕਾਇਨਾਤ ਹੋ ਤੋ ਬੇਟਾ ਹੁਸੈਨ ਕਾਇਨਾਤ ਹੋ ਬੇਟਾ ਹੁਸੈਨ ਹੋਤਾ ਹੈ ਬੇਟਾ ਹੁਸੈਨ ਹੋਤਾ ਹੈ ਕੌਣ ਸੈਯਦਾ ਕਾਇਨਾਤ ਸ਼ਬੀਰ ਸ਼ਬਰ ਦੀ ਅੰਮੀ ਜ਼ਹਰਾ ਨਬੀ ਦੇ ਘਰ ਵਿੱਚ ਹੀ ਆਈ ਜ਼ਹਰਾ ਸ਼ਬੀਰ ਸ਼ਬਰ ਦੀ ਅੰਮੀ ਜ਼ਹਰਾ ਨਬੀ ਦੇ ਘਰ ਵਿੱਚ ਹੀ ਆਈ ਜ਼ਹਰਾ ਮਕਾਮ ਤੇਰੇ ਨੂੰ ਕੌਣ ਸਮਝੇ ਫਰਿਸ਼ਤੇ ਹਨ ਤੇਰੇ ਕੰਮੀ ਜ਼ਹਰਾ ਚੱਕੀ ਚੱਲ ਰਹੀ ਹੈ ਚਲਾਣੇ ਵਾਲਾ ਨਜ਼ਰ ਨਹੀਂ ਆਤਾ ਹਸਨ ਹੁਸੈਨ ਕਾ ਝੂਲਾ ਹਿਲ ਰਹਾ ਹੈ ਹਿਲਾਨੇ ਵਾਲਾ ਨਜ਼ਰ ਨਹੀਂ ਆਤਾ ਮੈਂ ਕੁਝ ਪੰਡਤਨ ਪਾਕ ਦੀ ਸ਼ਾਨ ਦੱਸਾਂ ਫਖਰ ਜਿਸਦੇ ਕਰਨ ਖਲੀਲ ਵਰਗੇ ਤਰਲੇ ਲੈਣ ਗੁਲਾਮੀਆਂ ਕਰਨ ਦੇ ਲਈ ਇਸਰਾਫੀਲ ਵਰਗੇ ਮੈਕਾਇਲ ਵਰਗੇ ਬੱਚਾ ਹਿਰਨੀ ਦਾ ਜੇਕਰ ਹੁਸੈਨ ਮੰਗੇ ਹਿਰਨੀ ਘੇਰਦੇ ਫਿਰਨ ਜਬਰੀਲ ਵਰਗੇ ਹੋ ਗਈ ਅਦਬ ਦੀ ਹੱਦ ਸਰਦਾਰ ਇੱਥੇ ਬੂਹਾ ਲੰਘਦੇ ਨਹੀਂ ਇਜ਼ਰਾਈਲ ਸੈਯਦਾ 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 ਬਸ ਮਾਈਕ ਕੋ ਛੋੜ ਰਹਾ ਹੂੰ ਕਿਬਲਾ ਅਰਫਾਨ ਹੈਦਰੀ ਸਾਹਿਬ ਕੌਣ ਸੈਯਦਾ ਕਾਇਨਾਤ ਸੈਯਦਾ ਖੁਦਾ ਕੀ ਇੱਜ਼ਤ ਕੇ ਸਾਥ ਜੋ ਬੰਦਾ ਚਾਹਤਾ ਹੈ ਮੇਰੀ ਮਾਂ ਜੰਨਤੀ ਹੋ ਜਾਏ ਮੇਰਾ ਬਾਪ ਜੰਨਤੀ ਹੋ ਜਾਏ ਮੇਰੀ ਮਾਂ ਜੰਨਤੀ ਹੋ ਜਾਏ ਮੇਰਾ ਬਾਪ ਜੰਨਤੀ ਹੋ ਜਾਏ ਜੁਮਲਾ ਸੁਣਨੇ ਕੇ ਬਾਅਦ ਹੱਥ ਬੁਲੰਦ ਕਰਕੇ ਜ਼ੁਬਾਨ ਕੋ ਖੋਲਤੇ ਹੋਏ ਦਿਲ ਸੇ ਬੋਲਤੇ ਹੋਏ ਸੁਬਾਨ ਅੱਲਾ ਕਹਿਣਾ ਹੈ ਤਵੱਜੋ ਰੱਖ ਕੱਲ ਕਿਆਮਤ ਕਾ ਦਿਨ ਹੋਗਾ ਸਵਾਰੀ ਅੰਮਾ ਹਵਾ ਕੀ ਆਏਗੀ ਆਵਾਜ਼ ਨਹੀਂ ਆਏਗੀ ਸਵਾਰੀ ਪਾਕ ਸਾਦੀਆ ਕੀ ਆਏਗੀ ਆਵਾਜ਼ ਨਹੀਂ ਆਏਗੀ ਸਵਾਰੀ ਹਾਜ਼ਰਾ ਕੀ ਆਏਗੀ ਆਵਾਜ਼ ਨਹੀਂ ਆਏਗੀ ਸਵਾਰੀ ਜਬ ਹੁਸੈਨ ਕੀ ਅੰਮੀ ਕੀ ਆਏਗੀ ਆਵਾਜ਼ ਆਏਗੀ ਮਹਿਸ਼ਰ ਵਾਲੋ ਨਜ਼ਰੇ ਝੁਕਾ ਲੋ ਮੁਹੰਮਦ ਕੀ ਬੇਟੀ ਗੁਜ਼ਰਨੇ ਵਾਲੀ ਸੈਯਦਾ ਕੌਣ ਸੈਯਦਾ ਕਾਇਨਾ ਸੈਯਦਾ ਸੈਯਦਾ ਤੈਯਬਾ ਤੈਯਬਾ ਤਾਹਿਰਾ ਤਾ ਜ਼ਾਹਿਦਾ ਜ਼ਾਹਿਦਾ ਰਾਸ਼ਿਦਾ ਰਾਸ਼ਿਦਾ ਆਲਿਮਾ ਕਿਬਲਾ ਹੈਦਰੀ ਸਾਹਿਬ ਇਹ ਜੁਮਲਾ ਆਪਨੇ ਮੇਰੀ ਤਰਫ ਦੇਖ ਕੇ ਸੁਣ ਕੇ ਦੁਆ ਦੇਣੀ ਹੈ ਅਗਰ ਇਹ ਬੰਦੇ ਖੜੇ ਹੋ ਜਾਏ ਮੁਝੇ ਪਤਾ ਚੱਲ ਜਾਏਗਾ ਮੈਨੇ ਫੈਸਲਾਬਾਦ ਸੇ ਯਹਾਂ ਤੱਕ ਸਫ਼ਰ ਕੀਆ ਅਗਰ ਇਹ ਜੁਮਲਾ ਤੇਰੇ ਦਿਲ ਵੀ ਅਸਰ ਕਰ ਜਾਏ ਖੁਦਾ ਕੀ ਕਸਮ ਪਹਿਲੇ ਜੁਮਲਾ ਸੁਣ ਕਿਬਲਾ ਹੈਦਰੀ ਸਾਹਿਬ ਕਿਬਲਾ ਸ਼ਾਹ ਜੀ ਜਿਸਕੇ ਲੀਏ
सारी कायनात खड़ी हो, जिसके लिए सारी कायनात खड़ी हो उसे मुहम्मद कहते हैं। पहले सुन, पहले जुमला सुन ले, पहले जुमला सुन ले, जिसके लिए सारी कायनात खड़ी हो उसे मुहम्मद कहते हैं, जिसके लिए मुहम्मद खड़े हो उसे सैयदा फातिमा। करेगी जन्नत में राजा, जमाने भर में जो बट रहा है, जमाने भर में जो बट रहा है वो तेरे घर का है अनाज जहरा, जो तेरे शोहर से बुग्ज रखे, जो मौला अली से बुग्ज रखे, मरीज है ला इलाज जहरा।